ਮੋਬਾਈਲ ਦੀਆਂ ਟਾਰਚਾਂ 'ਚ ਜਣੇਪੇ ਬਾਅਦ ਸਿਹਤ ਮੰਤਰੀ ਹਰਕਤ 'ਚ ਨੇ। ਪਿਛਲੇ ਦਿਨੀਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਗੈਨੀ ਵਾਰਡ 'ਚ ਇੱਕ ਮਹਿਲਾ ਦਾ ਜਣੇਪਾ ਮੋਬਾਈਲ ਦੀਆਂ ਟਾਰਚਾਂ ਜਗਾ ਕੇ ਕਰਨਾ ਪਿਆ ਸੀ। ਇਸ ਘਟਨਾ ਬਾਅਦ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਆਪਣੇ ਹੀ ਸ਼ਹਿਰ ਦੇ ਸਰਕਾਰੀ ਹਸਪਤਾਲ ਦੇ ਅਜਿਹੇ ਹਾਲਾਤ ਕਾਰਨ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲ ਨੇ। ਬਿਜਲੀ ਦੇ ਕੱਟ ਲੱਗਣ ਕਾਰਨ ਪਾਵਰਕੌਮ ਅਧਿਕਾਰੀ ਵੀ ਨਿਸ਼ਾਨੇ 'ਤੇ ਹੈ, ਕਿਉਂਕਿ ਪਾਵਰਕੌਮ ਦਾ ਮੁੱਖ ਦਫ਼ਤਰ ਵੀ ਪਟਿਆਲਾ 'ਚ ਹੈ। ਇਸ ਘਟਨਾ ਬਾਅਦ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਪਾਵਰਕੌਮ ਦੇ ਅਧਿਕਾਰੀਆਂ ਅਤੇ ਰਜਿੰਦਰਾ ਹਸਪਤਾਲ ਦੇ ਸਟਾਫ ਨਾਲ ਮੀਟਿੰਗ ਕੀਤੀ। ਫੈਸਲਾ ਹੋਇਆ ਕਿ ਰਜਿੰਦਰਾ ਹਸਪਤਾਲ ਲਈ ਇੱਕ ਵੱਖਰੀ ਬਿਜਲੀ ਦੀ ਲਾਈਨ ਪਾਈ ਜਾਵੇਗੀ। ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਕੱਲ੍ਹ ਜਿਹੜਾ ਸੀਗਾ ਨਾ ਮੇਜਰ ਸਾਨੂੰ ਪ੍ਰੋਬਲਮ ਆਈ ਹੈ 2 ਘੰਟੇ। ਇੱਥੇ 66 KV ਦੀ ਲਾਈਨ ਆਉਂਦੀ ਹੈ ਜੀ, ਉਹਦਾ ਜਿਹੜਾ ਅੰਡਰਗਰਾਊਂਡ ਕੇਬਲ ਆਉਂਦੀ ਹੈ ਕਿਉਂਕਿ ਇਹ ਬਡੂੰਗਰ ਤੋਂ ਆਉਂਦੀ ਹੈ, ਉਹਦੇ 'ਚ ਉੱਪਰ ਵੱਲੋਂ ਓਵਰਹੈਡ ਤਾਰਾਂ ਨਹੀਂ ਪੈ ਸਕਦੀਆਂ। ਉਹਦੇ 'ਚ ਉਹਨਾਂ ਨੇ ਕੇਬਲ ਐਕਸਟਰਾ ਵੀ ਪਾਈ ਹੋਈ ਹੈ, ਲੇਕਿਨ ਉਹਦੇ ਬਾਵਜੂਦ ਵੀ ਜਿਹੜੀ ਕੱਲ੍ਹ ਪ੍ਰੋਬਲਮ ਆਈ ਹੈ, ਬਟ 2 ਘੰਟੇ 'ਚ ਰੈਕਟੀਫਾਈ ਹੋ ਗਈ ਸੀ। ਉਹ ਮੁੜ ਕੇ ਨਾ ਆਵੇ, ਇੱਕ ਤਾਂ ਇਹ ਸੀਗਾ ਅਤੇ ਉਹ ਕਿਉਂ ਆਈ ਸਾਰਾ ਉਹਦੇ ਸਾਰੇ ਡਿਟੇਲ 'ਚ ਗੱਲ ਹੋਈ ਹੈ। ਚੇਅਰਮੈਨ ਸਾਹਿਬ ਔਰ ਉਹਨਾਂ ਦੇ ਜਿਹੜੇ ਮਤਲਬ ਸੀਨੀਅਰ ਅਫੀਸ਼ੀਅਲ ਸਾਰੇ ਆਏ ਹੋਏ ਸੀਗੇ, ਉਹਦੇ ਨਾਲ ਅਸੀਂ ਇੱਕ ਤਾਂ ਕਿਹਾ ਵੀ ਇਹਦੇ 'ਚ ਅੱਗੇ ਵਾਸਤੇ ਕਦੇ ਨਾ ਕਦੇ ਤਾਂ ਪ੍ਰੋਬਲਮ ਆ ਹੀ ਸਕਦੀ ਹੈ ਨਾ, ਅੰਡਰਗਰਾਊਂਡ ਕੇਬਲ ਹੋਵੇ ਜਿਹੜੀ ਮਰਜ਼ੀ ਹੋਵੇ, ਕਦੇ ਨਾ ਕਦੇ ਤਾਂ ਪ੍ਰੋਬਲਮ ਆਏਗੀ। ਉਹਦੇ 'ਚ ਅਸੀਂ ਅਲਟਰਨੇਟ ਲਾਈਨ ਜਿਹੜੀ ਹੋ ਰਹਾ ਉਹਦੇ ਵਾਸਤੇ ਪੈਸੇ ਵੀ ਜਮ੍ਹਾਂ ਕਰਾਵਾਂਗੇ। ਇਹ 66 KV ਹੈ, 11 KV ਦੀ ਇੱਕ ਅਲਟਰਨੇਟ ਸਪਲਾਈ ਹੋਏਗੀ, ਜੇ ਕਦੇ ਇੱਦਾਂ ਦਿੱਕਤ ਹੋਵੇ ਤਾਂ ਉਹਨੂੰ ਚੇਂਜ ਓਵਰ ਕਰਕੇ ਬੈਕਅਪ ਵਾਸਤੇ ਕੋਈ ਜਨਰੇਟਰ ਵਗੈਰਾ ਦਾ ਪ੍ਰਬੰਧ ਮੈਂ ਦੱਸਦਾ ਨਾ ਜੀ। ਉਹ ਬਿਜਲੀ ਦੀ ਲਾਈਨ ਵੀ ਹੋਏਗੀ ਜੀ, ਜਨਰੇਟਰ ਤਾਂ ਆਲਰੇਡੀ ਹੈਗੇ ਆ ਜੀ, ਜਨਰੇਟਰ ਤਾਂ ਕੱਲ੍ਹ ਵੀ ਚੱਲੇ ਆ, ਥੋੜ੍ਹੀ ਜਿਹੀ ਦਿੱਕਤ ਆਈ ਉਹਦੇ ਨਾਲ। ਜਨਰੇਟਰ ਦੇ ਨਾਲ 100% ਸਪਲਾਈ ਨਹੀਂ ਹੋ ਸਕਦੀ। ਜਨਰੇਟਰ ਟੋਟਲ ਕਿੰਨੇ ਆ ਜੀ ਆਪਣੇ ਟੋਟਲ 20 ਦੇ ਕਰੀਬ ਤਕਰੀਬਨ ਜਨਰੇਟਰ ਹੈਗੇ ਆ ਜਿਹੜੇ ਹਰ ਸਾਰੀਆਂ ਬਿਲਡਿੰਗ ਦੇ ਵਿੱਚ ਲੱਗੇ ਹੋਏ ਆ। ਜਨਰੇਟਰ ਤਾਂ ਚੱਲਦੇ ਆ, ਉਹਦੇ ਜਿਹੜਾ ਉਹਨਾਂ ਦਾ PWD ਇਲੈਕਟ੍ਰੀਕਲ ਹੈਗਾ, ਉਹ ਹਰ ਹਫ਼ਤੇ ਉਹਨਾਂ ਦਾ ਟੈਸਟ ਵੀ ਕਰਦੇ ਆ ਉਹਨਾਂ ਨੂੰ। ਅਤੇ ਇਹ ਕੁੱਲ ਮਿਲਾ ਕੇ ਸੀਗਾ ਵੀ ਮੁੜ ਕੇ, ਕਿਉਂਕਿ ਹੋਸਪਿਟਲ ਆ ਜਿਹੜਾ ਬੰਦਾ ਲਾਈਫ ਸਪੋਰਟ 'ਤੇ ਆ, ਉਹਦੇ UPS ਹੁੰਦੇ ਆ, ਉਹਦੀ ਤਾਂ ਥੋੜ੍ਹੀ ਜਿਹੀ ਬੈਕਅਪ ਹੁੰਦੀ ਆ ਨਾ 1 ਘੰਟੇ ਦੀ, ਗੱਲ ਮਤਲਬ ਕੁਛ 1 ਮਿੰਟਾਂ 'ਚ ਹੀ ਹੁੰਦੀ ਆ, 1.5 ਘੰਟੇ ਦੀ। ਅਤੇ ਇਹਦਾ ਮੇਨ ਟਾਈਮ ਜਿਹੜਾ ਹੈਗਾ ਉਹ ਮਤਲਬ ਜਨਰੇਟਰ ਟੇਕ ਓਵਰ ਕਰੇ। ਅਤੇ ਉਹਦੇ ਨਾਲ ਇੱਕ ਜਿਹੜਾ ਐਡੀਸ਼ਨਲ ਅਸੀਂ ਕੀਤਾ ਹੈਗਾ ਫੈਸਲਾ ਵੀ ਅਸੀਂ ਇੱਕ ਆਲਟਰਨੇਟ ਲਾਈਨ ਜਿਹੜੀ ਹੈਗੀ ਆ ਉਹ ਸਾਡੇ ਗ੍ਰਿਡ ਤੱਕ ਆਏਗੀ, ਅਤੇ ਜੇ ਇੱਦਾਂ ਕਦੇ ਹੋ ਜਾਏ ਤਾਂ ਜਿਹੜਾ ਦੂਜਾ ਉਹਨੂੰ ਚੇਂਜ ਓਵਰ ਕਰਕੇ ਅਤੇ ਉਹਨੂੰ 11 KV 'ਤੇ ਸ਼ਿਫਟ ਕਰ ਦਿਓ। ਕਦੇ ਕੋਈ ਰਿਪੇਅਰ ਦੀ ਲੋੜ ਪੈ ਜਾਂਦੀ ਹੈ, ਕੁਛ ਪੈ ਜਾਂਦੀ ਹੈ, 2 ਅਲਟਰਨੇਟ ਪੈਰਲਰ ਸਿਸਟਮ ਹੋਏਗਾ ਜੀ ਸਪਲਾਈ।